ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ, ਅਸੀਂ ਵੀ ਬਹੁਤ ਵਧੀਆ। ਅਸੀਂ ਪਹੁੰਚ ਗਏ ਆਪਣੇ ਸ਼ਹਿਰ ਮੋਹਾਲੀ। ਅੱਜ ਧੁੱਪ ਵੀ ਲੱਗੀ ਹੋਈ ਆ। ਚੰਗੀ ਗੱਲ ਹੈ ਕਿ ਪਾਣੀ ਵੀ ਥੋੜਾ ਉਤਰਨਾ ਸ਼ੁਰੂ ਹੋ ਗਿਆ, ਤੇ ਬਾਕੀ ਜਿਹੜੇ ਵੀ ਬੰਦੇ ਵੀਰ ਭਰਾ ਕੰਮ ਕਰ ਰਹੇ ਨੇ ਪਾਣੀ ਨੂੰ ਡਰੇਨ ਕਰਨ ਦਾ ਜਾਂ ਉਹਨਾਂ ਨੂੰ ਟੈਂਕਰਾਂ ਦੇ ਵਿੱਚ ਸਟੋਰ ਕਰਕੇ ਭੇਜ ਰਹੇ ਨੇ, ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਸ਼ਹਿਰਾਂ ਨੂੰ ਸਾਫ਼ ਕਰਨਾ ਜਾਂ ਪਿੰਡਾਂ ਨੂੰ ਸਾਫ਼ ਕਰਨਾ ਸਾਡੀ ਆਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੇ ਪਹੁੰਚ ਗਏ ਸੀ ਮੋਹਾਲੀ, ਕਿਉਂਕਿ ਸਾਨੂੰ ਲੱਗਿਆ ਸੀ ਧੁੱਪ ਚੜ ਗਈ, ਕੰਮ ਕਾਜ ਬਹੁਤ ਰੁਕੇ ਪਏ ਨੇ ਪਿੱਛੇ। ਵੱਡੇ ਵੀਰ ਜੀ ਕਹਿੰਦੇ ਵੀ ਨਾ ਜਾ ਤੂੰ ਅੱਜ ਵੀ, ਕਿਉਂਕਿ ਪਾਣੀ ਖੜਾ ਹੋ ਸਕਦਾ। ਬਾਕੀ ਪਾਣੀ ਸੀ ਜਦੋਂ ਅਸੀਂ ਆਇਆ, ਪਰ ਇੰਨਾ ਨਹੀਂ ਸੀ, ਥੋੜੇ ਥਾਂ ਤੇ ਸੀ, ਥੋੜੇ ਥਾਂ ਤੇ ਸੀ, ਪਰ ਹੈਗਾ ਥੋੜਾ ਜ਼ਿਆਦਾ ਸੀ ਥੋੜੇ ਥਾਂ ਤੇ। ਐਨੀਵੇਸ ਘਰ ਪਹੁੰਚ ਗਏ, ਹੁਣ ਅਸੀਂ ਚੱਲੇ ਆ ਜੀ ਇੱਕ ਵੀਰ ਭੈਣ ਨੂੰ ਮਿਲਣ। ਉਹਨਾਂ ਦੇ ਮੋਸਟਲੀ ਸਾਰੇ ਜਾਣਦੇ ਹੋਗੇ, ਕਿਉਂਕਿ ਪੰਜਾਬ ਦੇ ਹੀ ਆਪਾਂ ਸਾਰੇ, ਹਨਾ? ਹਾਂ, ਤੇ ਉਹਨਾਂ ਦੇ ਵਲੌਗਸ ਵੀ ਤੁਸੀਂ ਦੇਖੇ ਹੋਣਗੇ ਕਾਫੀ ਜ਼ਿਆਦਾ, ਔਰ ਉਹਨਾਂ ਦੀ ਵੀਡੀਓਜ਼ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਤੇ ਸਰਪ੍ਰਾਈਜ਼ ਕਹਿ ਲਓ ਜਾਂ ਇੱਕ ਅੱਛਾ ਕਹਿ ਲਓ, ਅੱਛਾ ਪਰਨ, ਤੇ ਸਾਨੂੰ ਵੀ ਅੱਛਾ ਲੱਗਿਆ ਜਦੋਂ ਅਸੀਂ ਨੋਟ ਕੀਤਾ ਉਹ ਬਾਈ ਹੁਣੇ ਤੇ ਭੈਣ ਹੁਣੇ ਮੋਹਾਲੀ ਆਏ ਹੋਏ ਨੇ, ਤੇ ਮੈਂ ਮੈਸੇਜ ਕੀਤਾ ਵੀ ਤੁਸੀਂ ਹੋ ਕੇ ਜਾਇਓ ਸਾਡੇ ਵੱਲ, ਤੇ ਉਹ ਕਹਿੰਦੇ ਬਿਲਕੁਲ ਠੀਕ ਹੈ ਵੀ ਆਪਾਂ ਮਿਲਦੇ ਹਾਂ। ਤੇ ਅਸੀਂ ਹੁਣੇ ਆਏ ਹਾਂ ਪਟਿਆਲਾ ਤੋਂ ਪਿੰਡੋਂ, ਸਮਾਨ ਸਮੂਨ ਰੱਖ ਕੇ ਨਾਲ ਦੀ ਨਾਲ ਸੀ, ਮੈਂ ਕਿਹਾ ਬਾਈ ਹੁਣਾਂ ਲੈ ਕੇ ਆਈਏ। ਐਕਚੁਅਲ ਵਿੱਚ ਕੀ ਹੋ ਗਿਆ, ਉਹਨਾਂ ਦੀ ਵੀ ਗੱਡੀ ਖਰਾਬ ਹੋ ਗਈ ਉਸ ਦਿਨ ਆਏ ਸੀ ਨਾ ਪਾਣੀ ਦੇ ਵਿੱਚ, ਤੇ ਉਹਨਾਂ ਦੀ ਗੱਡੀ ਖਰਾਬ ਹੋ ਗਈ। ਸੋ ਹੁਣ ਚੱਲੀਏ ਪਹਿਲਾਂ ਉਹਨਾਂ ਨੂੰ ਪਿੱਕ ਕਰੀਏ, ਫਿਰ ਘਰ ਚੱਲਦੇ ਹਾਂ, ਫਿਰ ਮਾਰਦੇ ਹਾਂ ਗੱਲਾਂ। ਪਹੁੰਚ ਗਿਆ ਬਾਈ ਜੀ ਉਹਨਾਂ ਕੋਲ, ਤੇ ਥੋੜਾ ਤੁਹਾਨੂੰ ਬਾਅਦ ਚ ਦਿਖਾਵਾਂਗੇ। ਔਰ ਸਟਾਰਟਿੰਗ ਚ ਸ਼ਰਮ ਆਉਂਦੀ ਹੈ, ਵਲੌਗਰ ਨੂੰ ਮਿਲਦੇ ਨਹੀਂ ਸਿਰਫ ਵਲੌਗਰ ਵਲੌਗਰ ਨੂੰ ਮਿਲਦਾ ਤਾਂ ਸ਼ਰਮ ਜੀ ਆਉਂਦੀ ਹੈ ਸਟਾਰਟਿੰਗ ਜੀ, ਫਸਟ ਟਾਈਮ ਹੈ ਨਾ ਜੇ। ਹਾਂ, ਤੇ ਚਲੋ ਪਹਿਲਾਂ ਬਾਈ ਉਹਨਾਂ ਨੂੰ ਮਿਲਦੇ ਆ, ਫਿਰ ਅੱਗੇ ਸ਼ੁਰੂ ਕਰਦੇ ਆ ਵਲੌਗ। ਸਤਿ ਸ਼੍ਰੀ ਅਕਾਲ ਜੀ, ਲੋ ਜੀ ਤੁਸੀਂ ਮਿਲ ਰਹੇ ਹੋ ਵੀਰ ਹੁਣਾਂ ਨੂੰ ਤੇ ਭੈਣ ਹੁਣਾਂ ਨੂੰ। ਇਹਨਾਂ ਤੁਸੀਂ ਪਹਿਲਾਂ ਹੀ ਬਹੁਤ ਵਲੌਗਸ ਵਿੱਚ ਇਹਨਾਂ ਦੇ ਦੇਖਿਆ ਹੋਣਾ ਇੰਸਟਾ ਦੇ ਉੱਪਰ, ਵਲੌਗਸ ਦੇ ਵਿੱਚ ਸਹੀ ਗੱਲ, ਇਹ ਸਾਰੇ ਮਾਝੇ ਵਾਲੇ ਇਕੱਠੇ ਹੋ ਗਏ ਨਾ, ਇੱਥੇ ਮੈਂ ਇਕੱਲਾ ਮਲਵਈ, ਇੱਥੇ ਮੇਰੀ ਬਦਲਦੀ ਹੈ, ਬਲਕਿ ਇਹਨਾਂ ਨੇ ਮੇਰੀ ਥੋੜੀ ਜਿਹੀ ਕਰਤੀ, ਮਤਲਬ ਇਹਨਾਂ ਨੇ ਮਾਝੇ ਵਾਲੀ। ਨਹੀਂ ਆਉਂਦੇ ਸਗੋਂ ਸਾਡੇ ਵਾਲੇ ਨੂੰ, ਸਾਰਿਆਂ ਨੂੰ ਸੁਣ ਕੇ ਇਹਨਾਂ ਦਾ ਹਾਸਾ ਆਉਂਦਾ ਸੀ। ਬਾਕੀ ਤੁਹਾਨੂੰ ਘਰ ਜਾ ਕੇ ਕਰਦੇ ਹਾਂ ਗੱਪਸ਼ਪ ਚੰਗੀ ਤਰ੍ਹਾਂ, ਪਹਿਲਾਂ ਕੁਛ ਖਾ ਪੀ ਲਈਏ, ਲੰਚ ਟਾਈਮ ਹੈ, ਫਿਰ ਮਿਲਦੇ ਹਾਂ ਘਰ ਜਾ ਕੇ। ਪਾਪਾ ਦੇ ਭਾਈ ਦੀਆਂ ਹੱਥ ਦੀਆਂ ਕ੍ਰੀਏਟ ਕੀਤੀਆਂ ਚੀਜ਼ਾਂ ਦੇਖਣ ਦੇ ਬਹੁਤ ਸੋਹਣੀ ਬਣ ਗਈ। ਸਹੀ ਗੱਲ ਆ, ਉਹ ਇਦਾਂ ਆਮ ਬੰਦੇ ਦੇ ਹੱਥ ਵਾਸ ਚ ਨਹੀਂ ਹੈਗਾ ਉਹ ਭਾਜੀ, ਤੇ ਬੜਾ ਪ੍ਰਭੀ ਮਟੀਰੀਅਲ ਹੀ ਇਦਾਂ ਦਾ ਹੁੰਦਾ ਹੈ ਕਿ ਤੁਸੀਂ ਹੱਥ ਪਾ ਕੇ ਰੱਖੋ। ਭਾਜੀ ਪਹਿਲਾਂ ਉਹਦੇ ਨਾਲ ਅਸੀਂ ਖਰਾਬ ਕੀਤਾ ਸੀ ਉਹਦੇ ਨਾਲ ਦਾ, ਸੋਹਣਾ ਲੱਗ ਰਿਹਾ ਨਾ। ਸਹੀ ਗੱਲ ਹੈ, ਹਾਂਜੀ ਦੀਦਾ ਲਿਖਿਆ ਗਾਣਾ ਮੈਂ ਜ਼ਰੂਰ ਗਾਉਂਗੀ, ਠੀਕ ਹੈ। ਆਪਣੇ ਪਿੰਡ ਮਾਹੌਲ ਵਾਲੇ ਡਾਇਲੌਗ ਹੁੰਦੇ,
ना लिखो लिखो बहुत मैं माझे स्लैंग दा घैंट जिहा गाना ले दो डिया डुआ जिहदे विच वैसे अपने माझे विच वी जिवें कहिंदे ना थोड़े किलोमीटर दूर ते थोड़ी जी लैंग्वेज थोड़ा जिहा स्लैंग थोड़ा जिहा चेंज हुंदा इन्ना की फर्क हैगा थोड़ा त्रे कहिंदे मैनूं त्रे आ जिहड़ा डिया डुआ करन वाला काम आ ए ते सेम ही आ ए सेम ही डिया आ डिया सोंडिया नोंडिया वाला सिर्फ तो हल पई उन्होंने सिखाया वा डिया डुआ मोहाली दे नी इस खरड़ एरिया दे खरड़ एरिया दे बोलदे ने ओ जिवें नहीं खरड़ दे विच नहीं भाजी बोली सेम है जिहड़े इत्थों दे लोकल ने ना पिंडां वाले जद्दी पुश्ती है ना ओ उहनां दी लैंग्वेज दा जिहड़ा स्लैंग है ना ओ थोड़ा अलग है ओ थोड़ी हिंदी मिक्स कर दिंदे ने जिवें कब किवें कह सकदे ना समझ नहीं आउंदी हरियाणवी जिते नहीं कर दिंदे कि मेरे गैल आ जा गैल गैल इदां कुछ अज बोली दे काम फस गया जो नवे नवे मिले ना मेनु कहंदे मेरे वास्ते ना लिया निरमा लिया मेरे वास्ते निरमा लिया निरमा फिर कपड़े धोने हैं निरमा चाहिए निरमा लिया हां जी मैं ठीक है मैं दुकान पे गया ते निरमा वॉशिंग पाउडर निरमा नहीं होता मैं चक्के ले आया कहने ये थोड़ी लेना सी मैं की लेना सी कहने निरमा टाइड निरमा टाइड वाला मैं क्या सर ब्रांड डिग्गी च पाओ मैं कार दी डिग्गी च दुध पावां किदां डिग्गी गोल ढक्कन हुंदा हां लड़ाई हो रही व्लोगां व्लोगां दी इधर सामने हां सॉक्स पा लो सॉक्स पा लो मैं सॉरी इतने भी वैसे खलारा पा के पाया हुआ है लड़ भी पेने करते करते छोटा ये तो दुख सुनने वाला है सुनने वाला दुख नहीं
ਮਤਲਬ ਮੈਨੂੰ ਇਹ ਹੁੰਦਾ ਵਾ ਕਿ ਮੈਂ ਮਿਹਨਤ ਕੀਤੀ ਵੀਡੀਓ ਬਣਾਈ ਬਸ ਠੀਕ ਆ ਮੈਂ ਮੇਰਾ ਵੀਡੀਓ ਬਣਾਉਣ ਦਾ ਤਾਂ ਮਤਲਬ ਹੈ ਸਾਡੇ ਹੱਥ ਖੜੇ ਨੇ ਆਪਣੀਆਂ ਰੋਟੀਆਂ ਲਾਣ ਦੇ ਆਪਣੀਆਂ ਤੇ ਮੈਂ ਕਿਹਾ ਮੈਂ ਜੇ ਇਦਾਂ ਕਰਾਂਗੇ ਮੈਂ ਤੂੰ ਰੋਟੀਆਂ ਲਾਣ ਲੱਗ ਪਈਆਂ ਤੇ ਮੈਂ ਜਾ ਕੇ ਪਾਣੀ ਪੂਣੀ ਡਾਂਡ ਆਪਣਾ ਫਿਰ ਪਿਆ ਰਵੇ ਉੱਤੇ ਸਾਰਾ ਕੁਝ ਮੈਂ ਵੀ ਨਹੀਂ ਕਰਨਾ ਇਹ ਗੱਲ ਹੋ ਜਾਂਦੀ ਆ ਆ ਚੱਕਰ ਤੋਂ ਲੜਾਈ ਹੁੰਦੀ ਹੋਰ ਦਿਮਾਗ ਬੜਾ ਖਪਾਉਣਾ ਪੈਂਦਾ ਨਹੀਂ ਆ ਤੁਹਾਡਾ ਦਿਮਾਗ ਨਹੀਂ ਹੈ ਭਾਈ ਤੁਹਾਡੇ ਨਾਲ ਮੈਂ ਸਹਿਮਤ ਹਾਂ ਬਿਲਕੁਲ ਸਹਿਮਤ ਹਾਂ ਪੂਰਾ ਦਿਮਾਗ ਵੀ ਹੈਗਾ ਵਾ ਸੇਮ ਤੇ ਰੱਬ ਨੇ ਇੱਕੋ ਜਿਹਾ ਦਿਮਾਗ ਦਿੱਤਾ ਵਾ ਉਹਨੂੰ ਵਰਤਣ ਦੀ ਆਪਣੀ ਆਪਣੀ ਗੱਲ ਹੈ ਤੁਸੀਂ ਕੀ ਕਰੀਏ ਨਾ ਐਡੀਟਿੰਗ ਵੀ ਕਰੋ ਥੰਬਨੇਲ ਵੀ ਬਣਾਓ ਆਪਣਾ ਸਾਰਾ ਕੁਝ ਆਪ ਹੀ ਕਰੋ ਟਾਈਟਲ ਵੀ ਸੋਚਣਾ ਫਿਰ ਇਹਦੇ ਵਿੱਚ ਕੀ ਪਾਣਾ ਤੇ ਬਾਅਦ ਚ ਪਾਰੀ ਮੈਂ ਗਲਤੀਆਂ ਵੀ ਕੱਢਦੀ ਆ ਇਹਨਾਂ ਦੀ ਇਹ ਉਦੋਂ ਹੁੰਦੇ ਆ ਜਦੋਂ ਮੈਂ ਬਣਾ ਲੈਣਾ ਮੈਂ ਪੂਰੀ ਐ ਜਿੰਦ ਜਾਨ ਲਾ ਦੇਣੀ ਇਹਨੇ ਜਦੋਂ ਕਹਿ ਦੇਣਾ ਨਹੀਂ ਆ ਨਹੀਂ ਇੱਥੇ ਤੇ ਮੈਨੂੰ ਗੁੱਸਾ ਚੜ ਜਾਂਦਾ ਤੇ ਮੈਂ ਸਾਰਾ ਦਿਨ ਮੈਂ ਖੱਪ ਗਿਆ ਤੇ ਮਗਰ ਵੀ ਇਹ ਚੀਜ਼ ਕਰਦਿਆਂ ਇਹਨੂੰ ਉਹ ਚੀਜ਼ ਪਸੰਦ ਨਹੀਂ ਹੁੰਦੀ ਸਹੀ ਤੇ ਹੁਣ ਕਰੈਕਸ਼ਨਸ ਤੇ ਕਰਨੀ ਇਹ ਚਾਹੁੰਦੇ ਫਿਲਮੀ ਮੈਂ ਇੱਥੇ ਕੋਈ ਸਟੂਡੀਓ ਨਾ ਖੋਲਿਆ ਹੋਵੇ ਫਿਲਮੀ ਟਾਈਮ ਨਾਲ ਸਾਰਾ ਕੁਝ ਕਰਾਂ ਇਹ ਜਿਹੜੇ ਹਿਸਾਬ ਨਾਲ ਡਮੋ ਚੜਾ ਸਾਰਾ ਭਾਈ ਹਰ ਇੱਕ ਚੀਜ਼ ਕਰੈਕਟ ਹੋਵੇਗੀ ਅਗਲੇ ਬੰਦੇ ਨੂੰ ਵੇਖਣਾ ਵੀ ਵਧੀਆ ਲੱਗੇ ਮੇਰਾ ਥੋੜਾ ਜਿਹਾ ਹੀ ਉਹ ਚੀਜ਼ ਨੂੰ ਭਾਈ ਕਰੈਕਟ ਕਰਨ ਲਈ ਆਪਣੇ ਕੋਲ ਸਾਰਾ ਕੁਝ ਮਟੀਰੀਅਲ ਵੀ ਹੋਵੇ ਉਹੋ ਜਿਹਾ ਸੈਟਅਪ ਹੋਵੇ ਉਹੋ ਜਿਹੇ ਫੰਕਸ਼ਨ ਹੋਣ ਸਾਰਾ ਕੁਝ ਹੋਣਾ ਚਾਹੀਦਾ ਤੇ ਜਿਹੜੇ ਹਿਸਾਬ ਨਾਲ ਕੋਈ ਫੰਕਸ਼ਨ ਹੈ ਦੇਸੀ ਦੂਸੀ ਹੋਈ ਬਲਾ ਲੂ ਲਈ ਦੇ ਹੋਵੇ ਮਗਰ ਹਾਂ ਕੰਟਰੋਵਰਸੀ ਹੋਣੀ ਤੇ ਕੰਟਰੋਵਰਸੀ ਹੋਵੇ ਜਦੋਂ ਭਾਈ ਕੋਈ ਕੰਮ ਕਰੀਏ ਆਪਾਂ ਮੰਨ ਲਓ ਕੋਈ ਕੰਮ ਕਰਦੇ ਹਾਂ ਉਹਦੇ ਵਿੱਚ ਅਸੀਂ ਜਿੰਦ ਜਾਨ ਲਾ ਰਹੇ ਹਾਂ ਕੋਈ ਆਣ ਕੇ ਬਾਹਰਲਾ ਬੰਦਾ ਗਲਤੀ ਕੱਢ ਦੇ ਭਾਵੇਂ ਗਲਤ ਹੋਵੇ ਵੀ ਤੇ ਗੁੱਸਾ ਤੇ ਚੜਦਾ ਮੈਂ ਚੜਦਾ ਪੂਰਾ ਭਾਜੀ ਠੀਕ ਹੈ ਨਾ ਉਹ ਚੀਜ਼ ਹੁੰਦੀ ਹੈ ਬੰਦ ਜਿਹੜੇ ਕੰਮ ਤੁਹਾਡੇ ਉਹ ਤੇ ਤੁਸੀਂ ਕਰਦੇ ਹੋ ਕਰਾਂਗੇ ਉਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਕਰੋ ਨਾ ਕਰੋ ਉਹਦੀ ਗੱਲ ਆ ਹੁਣ ਮੈਂ ਬਣਾਣੀ ਹੈ ਮੈਂ ਵੀਡੀਓ ਬਣਾਉਣੀ ਆ ਬਣਾ ਕੇ ਮੈਂ ਘਰ ਦੇ ਕੰਮ ਵੀ ਕਰਨੇ ਆ ਸਾਰੇ ਠੀਕ ਆ ਤੇ ਫਿਰ ਤੁਹਾਨੂੰ ਰੋਟੀ ਵੀ ਖਵਾਉਣੀ ਆ ਜੇ ਤੁਸੀਂ ਭੁੱਖੇ ਰਹਿ ਸਕਦੇ ਜੇ ਤਾਂ ਆਪਾਂ ਇਹ ਕਰ ਦਿੰਨੇ ਆ ਕੰਮ ਇਹ ਵਾਲਾ ਉਹਦੀ ਗੱਲ ਸਹੀ ਆ ਠੀਕ ਆ ਹਾਂ ਆਪਣੇ ਆਪਣੇ ਕੰਮ ਤੇ ਸਾਰਿਆਂ ਨੇ ਕਰਨਾ ਹੁੰਦਾ ਤੇ ਮੈਂ ਜੇ ਉਧਰ ਵੀਡੀਓ ਬਣਾਉ ਤਾਂ ਲੇਟ ਹੋ ਜੀਏ ਕਿਤੇ ਪਾਣੀ ਡਾਉਣਾ ਤਾਂ ਉਧਰ ਮੇਰੀ ਮਾਝੇ ਡੈਂਗ ਡੈਂਗ ਬੁਰਾ ਹਾਲ ਕਰ ਦਿੰਦੀ ਉਹ ਦੂਰੋਂ ਹੀ ਕਹਿ ਰਿਹਾ ਕਰਨ ਦੀ ਉਹਨੇ ਭਾਜੀ ਮੈਂ ਹਜੇ ਸੜਕ ਤੇ ਆਪਾਂ ਗੱਡੀ ਚ ਉਤਰਦੇ ਵੀ ਨਹੀਂ ਆ ਗੇਟ ਲੱਗੇ ਹੁੰਨੇ ਆ ਤੇ ਉਹਨੇ ਡਾਂਡਾਂ ਸ਼ੁਰੂ ਕਰ ਦਿੰਦੀ ਆ ਉਹਨੂੰ ਪਤਾ ਲੱਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਤੇ ਜਿਹੜਾ ਮੰਗੂ ਆ ਕੱਟਾ ਉਹ ਇੰਨਾ ਤੇਲੇ ਕੜਗੜ ਵੇਦਾ ਉਹ ਵੱਖਰਾ ਔਖੇ ਉਹ ਵੱਖਰੇ ਔਖੇ ਰਹਿੰਦੇ ਮੇਰੇ ਤੇ ਵੀ ਇਹ ਉਹਨਾਂ ਵੀਡੀਓ ਬਣਾਉਂਦਾ ਰਹਿੰਦਾ ਤੇ ਮੈਂ ਕੀ ਕਰਾਂਦੀਆਂ ਉਹ ਇੰਨਾ ਔਖਾ ਵੇਦਾ ਨਾ ਕੋਈ ਕਹਿਣ ਦੀ ਗੱਲ ਨਹੀਂ ਆਪਣੀ ਪਾਰਕਿੰਗ ਆਪਣੀ ਆਪਾਂ ਰੱਖ ਸਕਦੇ ਆ ਰੱਖ ਸਕਦੇ ਜੁਗਾੜ ਕਰ ਲੋ ਕਿਤੇ ਥੋੜੇ ਥੋੜੇ ਥਾਂ ਚ ਉਹ ਜਿੱਦਾਂ ਸਾਡੀ ਗੱਡੀ ਨਹੀਂ ਖੜੀ ਨੀਚੇ ਉਹਨੂੰ ਬੰਦ ਕਰ ਲਈ ਸਾਡੀ ਪਾਰਕਿੰਗ ਉੱਥੇ ਖੁਰਲੀ ਬਣਾ ਸਹੀ ਹੈ ਬਸ ਉੱਥੇ ਆਲਾ ਦੁਆਲਾ ਬੰਦ ਕਰ ਦੇ ਪੱਠੇ ਵੀ ਆਰਡਰ ਕਰ ਦਿਆ ਕਰੇ ਟਮਾਟੋ ਦਾ ਟਮਾਟੋ ਦੇ ਪਿਆਜ਼ ਖਾਣ ਜੋ ਪੱਠੇ ਵੀ ਲੈ ਆ ਕਰਨੇ ਧਾਰ ਕੱਟਣ ਜਾ ਕੇ ਬਾਲਟੀ ਲੈ ਕੇ ਤੁਹਾਡੇ ਵੀ ਉਹ ਕੀ ਦਾ ਨਾ ਟੂਬੀ ਟੂਬੀ ਹਾਂ ਉਹ ਵੀ ਬਹੁਤ ਤੰਗ ਕਰਦਾ ਉਹ ਵੱਖਰਾ ਰੋਂਦਾ ਵਿਚਾਰਾ ਕਿ ਇਹ ਲੱਗਦੇ ਮੈਨੂੰ ਵੀ ਕੋਈ ਰੋਟੀ ਪਾਣੀ ਬਣਾਇਆ ਵੀ ਅਸੀਂ ਕਰ ਆਈ ਵੀ ਉਹਨੇ ਬਸ ਸਾਡੇ ਅੱਗੇ ਅੱਗੇ ਰਹਿਣਾ ਕਿ ਬਸ ਮੈਂ ਨਾ ਰਹਿ ਜਾ ਪਿੱਛੇ ਉਹਦੀ ਹੁਣ ਜਦੋਂ ਦਾ ਵਿਆਹ ਹੋਇਆ ਮੇਰੇ ਨਾਲ ਜ਼ਿਆਦਾ ਬੰਦੀ ਸਾਡੇ ਨਾਲ ਘਟਾ ਗਿਆ ਤੇ ਇਹਦੇ ਨਾਲ ਬਣਾ ਗਿਆ ਮੇਰੇ ਨਾਲ ਜ਼ਿਆਦਾ ਮੂਣ ਉਹ ਕੋਈ ਉਹਨੂੰ ਗੁੱਸੇ ਵੀ ਹੁੰਦਾ ਨਾ ਤੇ ਮੇਰੀ ਲੱਤਾਂ 'ਚ ਆ ਕੇ ਖਲੋ ਜਾਂਦਾ ਵੀ ਬਸ ਮੈਨੂੰ ਬਚਾਲਾ ਹੁਣ ਨਹੀਂ ਸਹੀ ਹੈ ਸਹੀ ਹੈ ਬਿਲਕੁਲ ਮੈਂ ਬੋਲਣਾ ਆ ਅੱਜ ਕੋੜਾ ਸੱਚ ਮਿੱਤਰੋ ਜਿਹੜਾ ਜਾਊ ਤੁਹਾਡੇ ਦਿਲਾਂ ਵਿੱਚ ਰਚ ਮਿੱਤਰੋ ਜੋ ਲਾਉਂਦੇ ਗੇੜੀਆਂ ਤੇ ਲੋ ਚੁੱਪਣੇ ਕਰਦੇ ਜੋ ਲਾਉਂਦੇ ਗੇੜੀਆਂ ਤੇ ਲੋ ਚੁੱਪਣੇ ਕਰਦੇ ਹਾਂ ਉਹਨਾਂ ਨੂੰ ਸ਼ਰਮ ਚਾਹੀਦੀ ਜੇ ਆਪ ਦੀਆਂ ਭੈਣਾਂ ਤੇ ਪਾਬੰਦੀ ਲਾਨੇ ਹੋ ਤਾਂ ਭੈਣਾਂ ਦੂਜੀਆਂ ਦੀਆਂ ਤੇ ਅੱਖ ਨਹੀਂ ਟਿਕਾਈ ਜੇ ਆਪ ਦੀਆਂ ਭੈਣਾਂ ਤੇ ਪਾਬੰਦੀ ਲਾਨੇ ਹੋ ਤਾਂ ਭੈਣਾਂ ਦੂਜੀਆਂ ਦੀਆਂ ਤੇ ਅੱਖ ਨਹੀਂ ਟਿਕਾਈ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਹੀਂ ਲਾਈਦਾ ਨਾਲੇ ਨਿੱਤ ਹੀ ਯਾਰਾਂ ਨੂੰ ਘਰੇ ਨਹੀਂ ਬੁਲਾਈਦਾ ਜਦੋਂ ਬੱਚਿਆਂ ਦੇ ਮੂਹਰੇ ਬਾਪੂ ਪੈਗ ਲਾਉਂਦਾ ਏ ਸਮਝ ਨਹੀਂ ਆਉਂਦੀ ਕੀ ਅਸਰ ਪਾਉਂਦਾ ਏ ਉਹ ਫੱਟੂ ਕਾਲ ਜਾ ਕਾਕਾ ਜੀ ਜਦੋਂ ਕਹਿਣਗੇ ਕਿ ਪਾਪਾ ਜੀ ਸ਼ਰਾਬ ਚਾਹੀਦੀ ਜੇ ਆਪ ਦੀਆਂ ਭੈਣਾਂ ਤੇ ਪਾਬੰਦੀ ਲਾਨੇ ਹੋ ਤਾਂ ਭੈਣਾਂ ਦੂਜਿਆਂ ਦੀਆਂ ਤੇ ਅੱਖ ਨਹੀਂ ਟਿਕਾਈਦੀ ਹਾਂ ਥੋੜਾ ਜਿਹਾ ਲੋਕ ਦੱਸ ਬਹੁਤ ਵਧੀਆ ਬਹੁਤ ਹੀ ਵਧੀਆ ਬਿਲਕੁਲ ਸੱਚ ਹੀ ਹੈ ਨਾ ਬਿਲਕੁਲ ਸੱਚ 100%